ਹੱਡ ਚਿਰ ਮੀ ਠੰਡ ਦਾ ਕਹਿਰ ਜਾਰੀ ਏ। ਠੰਡ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜਬੂਰ ਕਰ ਦਿੱਤਾ। ਹਾਲਾਤ ਇੰਨੇ ਮਾੜੇ ਹੋ ਗਏ ਕਿ ਬਜ਼ੁਰਗਾਂ ਦਾ ਨਿਕਲਣਾ ਤਾਂ ਔਖਾ ਹੀ ਹੋ ਗਿਆ, ਪਰ ਨੌਜਵਾਨ ਵੀ ਬਾਹਰ ਨਿਕਲਣ ਤੋਂ ਝਿਜਕਦੇ ਨੇ। ਪਰ ਇਸ ਵਿਚਾਲੇ ਬੇਜਵਾਨਾਂ ਦੀ ਕੌਣ ਸੁਣੇ, ਕੌਣ ਉਹਨਾਂ ਦੀ ਸਮਝੇ। ਹਿਮਾਚਲ ਪ੍ਰਦੇਸ਼ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਹਰ ਇਨਸਾਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਮਾਸੂਮੀਅਤ ਭਰੀ ਇਹ ਵੀਡੀਓ ਤੁਹਾਡੇ ਦਿਲ ਨੂੰ ਛੂ ਜਾਵੇਗੀ। ਕੁੱਤੇ ਨੂੰ ਠੰਡ ਨੇ ਇੰਨਾ ਮਜਬੂਰ ਕਰ ਦਿੱਤਾ ਕਿ ਉਹ ਅੰਗੀਠੀ ਕੋਲ ਆ ਕੇ ਬੈਠ ਗਿਆ ਤੇ ਅੱਗ ਦੀ ਨਿੰਗ ਮਾਣ ਰਿਹਾ ਸੀ। ਕਿੰਨੀ ਮਾਸੂਮੀਅਤ ਭਰੀ ਇਹ ਵੀਡੀਓ ਤੁਹਾਡੇ ਦਿਲ ਨੂੰ ਸਕੂਨ ਦੇਵੇਗੀ।